ਜੀ ਕਾਜੀ ਸਾਰਿਆਂ ਨੂੰ ਸਟੱਡੀ ਐਂਡ ਇਨਫੋ ਜ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਰਟੈਂਡਰ ਦੇ ਇਗਜ਼ਾਮ ਦੀ ਡੇਟ ਜਿਹੜੀ 28 ਤਰੀਕ ਦਿਨ ਸ਼ਨੀਵਾਰ ਆ ਚੁੱਕਿਆ ਹੈ ਹੁਣ ਤਕਰੀਬਨ ਤੁਹਾਡੇ ਕੋਲ ਪੜ੍ਹਨ ਦਾ ਸਿਰਫ ਤੇ ਸਿਰਫ 2 ਹਫ਼ਤੇ ਦਾ ਸਮਾਂ ਵੀ ਨਹੀਂ ਰਹਿ ਨਹੀਂ ਗਿਆ ਹੈ ਇਸ ਲਈ ਹੁਣ ਇਹਨਾਂ ਦੋ ਹਫ਼ਤਿਆਂ ਵਿੱਚ ਤੁਸੀਂ ਦੇਖਣਾ ਹੈ ਕਿ ਤੁਸੀਂ ਕਿਸ ਤਰ੍ਹਾਂ ਜਿਹੜੀ ਤਿਆਰੀ ਹੈ ਉਹ ਆਪਣੀ ਕਰਨੀ ਹੈ ਕਿੰਨਾ ਤੁਹਾਨੂੰ ਜਿਹੜਾ ਤਿਆਰੀ ਤੇ ਵੱਧ ਤੋਂ ਵੱਧ ਜ਼ੋਰ ਦੇਣਾ ਪਵੇਗਾ ਤਾਂ ਕਿ ਜਿਹੜੀ ਤੁਹਾਡੀ ਤਿਆਰੀ ਹੈ ਉਹ ਵਧੀਆ ਤਰੀਕੇ ਨਾਲ ਹੋ ਸਕੇ ਅਤੇ ਤੁਸੀਂ ਚੰਗੇ ਨੰਬਰ ਜਿਹੜਾ ਉਹ ਲੈ ਸਕੋ ਠੀਕ ਹੈ ਇਸ ਇਸ ਵਾਰ ਦੇ ਵਿੱਚ ਹੁਣ ਅਸੀਂ ਸਿਰਫ ਸਿਰਫ ਤੁਹਾਨੂੰ ਉਹ ਮਟੀਰੀਅਲ ਕਰਵਾਵਾਂਗੇ ਜੋ ਤੁਹਾਡੇ ਇਗਜ਼ਾਮ ਦੇ ਹਿਸਾਬ ਨਾਲ ਬਹੁਤ ਇੰਪੋਰਟੈਂਟ ਹੈ ਹੁਣ ਸਾਰੇ ਜਣੇ ਆਪਣੀ ਤਿਆਰੀ ਜਿਹੜੀ ਉਹ ਚੰਗੀ ਤਰ੍ਹਾਂ ਸ਼ੁਰੂ ਕਰ ਦਿਓ ਤੇ ਜੋ-ਜੋ ਪਹਿਲਾਂ ਤੁਸੀਂ ਪੜਿਆ ਹੋਇਆ ਹੈ ਜਿੱਥੋਂ ਵੀ ਪੜਿਆ ਹੋਇਆ ਹੈ ਉਸ ਦੀ ਰਿਵੀਜ਼ਨ ਜ਼ਰੂਰ ਕਰ ਲਿਓ ਤਾਂ ਕਿ ਤੁਹਾਡੇ ਦਿਮਾਗ 'ਚੋਂ ਸਕਿੱਪ ਨਾ ਹੋ ਜਾਵੇ ਹੁਣ ਅੱਜ ਦੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਆਪਣੇ ਕੋਲ ਵਾਰਡ ਵਿੱਚ ਵੱਧ ਤੋਂ ਵੱਧ ਕਿੰਨਾ ਤਾਪਮਾਨ ਹੋਣਾ ਚਾਹੀਦਾ ਹੈ ਇਸ ਦੇ ਚਾਰ ਆਪਸ਼ਨਸ ਹਨ ਏ 20 ਡਿਗਰੀ ਤੋਂ 30 ਡਿਗਰੀ ਸੈਲਸੀਅਸ b 15 ਤੋਂ 25 ਡਿਗਰੀ ਸੈਲਸੀਅਸ c 18 ਤੋਂ 20 ਡਿਗਰੀ ਸੈਲਸੀਅਸ ਜਾਂ d ਇਹਨਾਂ ਵਿੱਚੋਂ ਕੋਈ ਵੀ ਨਹੀਂ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਜਿਹੜਾ ਸਹੀ ਉੱਤਰ ਆਪਣੇ ਕੋਲ ਉਹ ਹੈ 18 ਤੋਂ 20 ਡਿਗਰੀ ਸੈਲਸੀਅਸ ਠੀਕ ਹੈ ਕੁਐਸਚਨ ਨੰਬਰ 2 ਰੈਕਟੈਂਗਲ ਵਾਰਡ ਵਿੱਚ ਕਿੰਨੇ ਬੈੱਡ ਹੁੰਦੇ ਹਨ ਇਸ ਦੇ ਚਾਰ ਆਪਸ਼ਨਸ ਹਨ a 5 ਤੋਂ 10 ਬੈੱਡ b 15 ਬੈੱਡ c 25 ਤੋਂ 30 ਬੈੱਡ ਜਾਂ d ਸਿਰਫ 10 ਬੈੱਡ ਇਸ ਦਾ ਸਹੀ ਉੱਤਰ ਦੱਸੋ ਤੁਸੀਂ ਕੀ ਹੈ इसका सही उत्तर जरा अपने को बनता है ऑप्शन नंबर सी पच्ची तो ती बैड अगला क्वेश्चन अपने को जाता है बी सी ए दा टी का टीका किस बीमारी की रोकथाम लगाया जाता है इस दार ऑप्शन ए पोलियो बी टी वी सी हैपेटाइटिस ज डी टैटनस लही उत्तर अपने को बी जड़ा टी वी ठीक है अगला क्वेश्चन अपने कोविड नाइनटीन टैसट का नाम की है इस चार ऑप्शन कोविड टैसट ECG EEG ਜਾਂ DNA ਜਿਹੜਾ ਆਪਸ਼ਨ RT PCR ਇਸ ਦਾ ਸਹੀ ਉੱਤਰ ਦੱਸੋ ਇਸ ਦਾ ਸਹੀ ਉੱਤਰ ਆਪਣੇ ਕੋਲ RT PCR ਹੈ ਅਗਲਾ ਕੁਐਸਚਨ ਆਪਣੇ ਕੋਲ ਪੰਜਵਾਂ ਕੁਐਸਚਨ ਰਿਕਸਵਾਰਡ ਜਿਹੜਾ ਉਹ ਕਦੋਂ ਬਣਾਇਆ ਗਿਆ ਸੀ ਸਭ ਤੋਂ ਪਹਿਲੀ ਵਾਰ ਇਸ ਦੇ ਚਾਰ ਆਪਸ਼ਨ ਜਨਨ ਆਪਣੇ ਕੋਲ A 1910 ਵਿੱਚ B 1920 ਵਿੱਚ C 1905 ਵਿੱਚ D 1925 ਵਿੱਚ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ A 1910 ਵਿੱਚ ਅਗਲਾ ਕੁਐਸਚਨ ਆਪਣੇ ਕੋਲ ਕਿਸ ਵਾਰਡ ਵਿੱਚ ਨਰਸਿੰਗ ਸਟੇਸ਼ਨ ਇੱਕ ਕਮਰੇ ਤੇ ਹੁੰਦਾ ਹੈ ਇੱਕ ਕਿਨਾਰੇ ਤੇ ਹੁੰਦਾ ਹੈ ਸੌਰੀ ਇਸ ਦੇ ਚਾਰ ਆਪਸ਼ਨਸ ਹਨ ਏ ਮੋਡੀਫਾਈਡ ਨਾਈਟਿੰਗਲ ਵਾਰਡ ਬੀ ਐਲ ਵਾਰਡ ਡੀ ਟੀ ਵਾਰਡ ਅਤੇ ਸੀ ਟੀ ਵਾਰਡ ਅਤੇ ਡੀ ਨਾਈਟਿੰਗਲ ਵਾਰਡ ਠੀਕ ਹੈ ਇਸ ਦੇ ਚਾਰ ਆਪਸ਼ਨਸ ਹਨ ਦੇਖ ਲੇ ਤੁਸੀਂ ਇਸ ਦਾ ਸਹੀ ਉੱਤਰ ਦੱਸੋ ਇਸ ਦਾ ਜਿਹੜਾ ਸਹੀ ਉੱਤਰ ਆਪਣੇ ਕੋਲ ਬਣਦਾ ਹੋ ਨਾਈਟਿੰਗਲ ਵਾਰਡ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਰਿਕਸਵਾਰ ਜਿਹੜਾ ਉਹ ਕਿੱਥੇ ਬਣਾਇਆ ਗਿਆ ਸਭ ਤੋਂ ਪਹਿਲੀ ਵਾਰ ਤੁਸੀਂ ਦੇਖ ਲਿਆ ਕਿੱਥੇ ਬਣਿਆ ਸਭ ਤੋਂ ਪਹਿਲਾਂ ਕਦੋਂ ਬਣਿਆ ਸੀ ਤੇ ਸਭ ਤੋਂ ਪਹਿਲੀ ਵਾਰ ਕਿੱਥੇ ਬਣਾਇਆ ਗਿਆ ਸੀ ਹੁਣ ਤੁਸੀਂ ਇਸ ਦਾ ਆਨਸਰ ਦੇਣਾ ਹੈ ਇਸ ਦੇ ਚਾਰ ਆਪਸ਼ਨ ਏ ਲੰਡਨ ਬੀ ਆਸਟ੍ਰੇਲੀਆ ਸੀ ਕੋਪਨਹੇਗਨ ਜਾਂ ਡੀ 바ਰਸੇਲੋਨਾ ਇਸ ਦਾ ਸਹੀ ਉੱਤਰ ਹੈ ਡਾ ਉਹ ਆਪਣੇ ਕੋਲ ਸੀ ਕੋਪਨਹੇਗਨ ਠੀਕ ਹੈ ਅਗਲਾ ਕੁਐਸਚਨ 8ਵਾਂ ਐਸ ਏ ਆਰ ਆਈ ਤੋਂ ਕੀ ਪਾਵ ਹੈ ਇਸ ਦੇ ਚਾਰ ਆਪਸ਼ਨਸ ਹਨ ਆਪਣੇ ਕੋਲ ਏ ਸਰ ਅਕਿਊਟ is prite infection b server acute renal infection c server acute renal injection ya d koi bhi nahi hai isda apne kol jehda option a hai oh apna isda sahi uttar banda hai theek hai agla question apne kol aa janda hai kise vyakti di maut di pushti tusi kivein ki kar sakde ho sharir da kehda bhag hai jehda ruk janda hai jis to tusi maut di pushti deho kar sakde ho ਇਸਦੇ ਚਾਰ ਆਪਸ਼ਨਸ ਹਨ ਆਪਣੇ ਕੋਲ ਏ ਸਾਰਾ ਸਰੀਰਕ ਰੁਕ ਜਾਂਦਾ ਹੈ ਕਾਰਜ ਰੁਕ ਜਾਂਦਾ ਹੈ ਬੀ ਸਿਰਫ ਕਿਡਨੀ ਦਾ ਕੰਮ ਕਰਨਾ ਬੰਦ ਹੋ ਜਾਂਦਾ ਹੈ ਸੀ ਸਿਰਫ ਦਿਲ ਤੇ ਫਿੱਫੜੇ ਦਾ ਕੰਮ ਕਰਨਾ ਬੰਦ ਹੋ ਜਾਂਦਾ ਹੈ ਜਾਂ ਡੀ ਸਿਰਫ ਦਿਮਾਗ ਕੰਮ ਕਰਨਾ ਬੰਦ ਕਰ ਦਿੰਦੇ ਹਨ ਇਸ ਦਾ ਜਿਹੜਾ ਸਹੀ ਉੱਤਰ ਆਪਣੇ ਕੋਲ ਸਾਰਾ ਸਰੀਰਕ ਕਾਰਜ ਹੀ ਵਿਅਕਤੀ ਦਾ ਰੁਕ ਜਾਂਦਾ ਹੈ ਜਿਸ ਤੋਂ ਆਪਾਂ ਨੂੰ ਪੁਸ਼ਟੀ ਹੋ ਜਾਂਦੀ ਹੈ ਕਿ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਗਲਾ ਕੁਐਸਚਨ ਆਪਣੇ ਕੋਲ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਚਮੜੀ ਦਾ ਰੋਗ ਨਹੀਂ ਹੈ ਇਸ ਵਿੱਚ ਚਾਰ ਆਪਸ਼ਨਸ ਹਨ ਏ ਕੋੜ ਦੂਜਾ ਡੇਂਗੂ ਸੀ ਖੁਜਲੀਖਾਰਸ ਅਤੇ ਅਗਲਾ ਸਕੈਬੇਜ ਇਸ ਦਾ ਸਹੀ ਉੱਤਰ ਸੋ ਇਸ ਦਾ ਸਹੀ ਉੱਤਰ ਆਪਣੇ ਕੋਲ ਜਿਹੜਾ ਉਹ ਆਪਸ਼ਨ ਨੰਬਰ 2 ਡੇਂਗੂ ਕਿਉਂਕਿ ਡੇਂਗੂ ਇਹੜਾ ਇੱਕ ਚਮੜੀ ਦਾ ਰੋਗ ਨਹੀਂ ਹੈ ਕੋੜ ਖੁਜਲੀਖਾਰਸ ਸਕੈਬੇਜ ਤੁਹਾਨੂੰ ਪਤਾ ਹੈ ਸਾਰੇ ਇਹ ਚਮੜੀ ਦੇ ਰੋਗ ਹਨ ਅਗਲਾ ਕੁਐਸਚਨ ਆਪਣੇ ਕੋਲ ਸਿਹਤਮੰਦ ਵਿਅਕਤੀ ਜਿਹੜਾ ਉਸ ਦਾ ਵੀਪੀ ਕਿੰਨਾ ਹੁੰਦਾ ਹੈ ਇਸ ਦੇ ਚਾਰ ਆਪਸ਼ਨਸ ਹਨ ਏ 120 ਤੋਂ 80 ਐਮ ਐਫ ਐਚ B 120 ਤੋਂ 60 mm of Hg C 130 ਤੋਂ 80 mm of Hg ਜਾਂ D 130 ਤੋਂ 60 mm of Hg ਠੀਕ ਹੈ ਇਹ ਚਾਰ ਆਪਸ਼ਨਸ ਜਿਹਨੇ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਵਾਟ ਟੈਂਡਡ ਹੋਣ ਦੇ ਨਾਤੇ ਇਸ ਦਾ ਸਹੀ ਉੱਤਰ ਦੱਸੋ ਇਸ ਦਾ ਸਹੀ ਉੱਤਰ ਇਹੜਾ ਹੋ ਆਪਣਾ 120 ਤੋਂ 80 mm of Hg ਸਹੀ ਹੈ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਹੇਠ ਲਿਖਿਆਂ ਵਿੱਚੋਂ ਕਿਹੜੀ ਸਾਹ ਦੀ ਬਿਮਾਰੀ ਨਹੀਂ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ A ਜ਼ੁਕਾਮ B ਨਮੋਨੀਆ C ਹੈਜਾ ਦੀ ਦਮਾ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਪਤਾ ਹੋਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਇਸ ਦਾ ਸਹੀ ਉੱਤਰ ਹੈ ਹੈਜਾ ਹੈ ਜਿਹੜੀ ਇਹ ਪੇਟ ਦੀ ਬਿਮਾਰੀ ਹੈ ਬਾਕੀ ਸਾਰੀਆਂ ਤੇ ਨੇ ਸਾਰੀਆਂ ਬਿਮਾਰੀਆਂ ਹੈ ਠੀਕ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਜੀਵਨ ਚਿੰਨ ਨਹੀਂ ਹੈ ਆਪਾਂ ਨੇ ਜੀਵਨ ਚਿੰਨ ਤੋਂ ਭਾਵ ਮਤਲਬ ਇਹ ਦੱਸਣਾ ਕਿ ਜੀਵਨ ਦੇ ਲਈ ਕਿਹੜੀ ਚੀਜ਼ ਇਹਨਾਂ ਵਿੱਚੋਂ ਜ਼ਰੂਰੀ ਨਹੀਂ ਹੈ ਸਾਹ ਲੈਣਾ ਦਿਲ ਦੀ ਧੜਕਣ ਤਾਪਮਾਨ ਅਤੇ ਉਤਸਰਜਨ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਵੀ ਸਾਫ਼ ਕਲੀਅਰ ਦਿਖ ਰਿਹਾ ਹੈ ਉਤਸਰਜਨ ਜਿਹੜਾ ਹੋ ਜੀਵਨ ਚਿੰਨ ਨਹੀਂ ਹੈ ਸਾਨੇਣਾ ਵੀ ਬਹੁਤ ਜ਼ਰੂਰੀ ਹੈ ਵਿਅਕਤੀ ਨੂੰ ਜੀਵਿਤ ਰਹਿਣ ਲਈ ਉਸ ਦੇ ਦਿਲ ਦੀ ਧੜਕਣ ਵੀ ਬਹੁਤ ਜ਼ਰੂਰੀ ਹੈ ਅਤੇ ਉਸ ਦਾ ਸਰੀਰ ਦਾ ਤਾਪਮਾਨ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਇੱਕ ਸਧਾਰਨ ਵਿਅਕਤੀ ਹੁੰਦਾ ਜਿਹੜਾ ਉਸ ਦਾ ਤਾਪਮਾਨ ਕਿੰਨਾ ਹੁੰਦਾ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਮਤਲਬ ਜੋ ਕਿਸੇ ਸਧਾਰਨ ਵਿਅਕਤੀ ਦਾ ਅਸੀਂ ਥਰਮੋਮੀਟਰ ਨਾਲ ਤਾਪਮਾਨ ਮਾਪਦੇ ਆ ਤਾਂ ਉਸ ਦਾ ਜਿਹੜਾ ਤਾਪਮਾਨ ਹੈ ਉਹ ਕਿੰਨਾ ਹੋਵੇਗਾ ਇਸ ਦੇ ਚਾਰ ਆਪਸ਼ਨਸ ਹਨ ਏ 99.6 ਡਿਗਰੀ ਐਫ ਦੂਜਾ 98.6 ਡਿਗਰੀ ਐਫ ਤੀਜਾ 97.6 ਡਿਗਰੀ ਐਫ ਚੌਥਾ 100 ਡਿਗਰੀ ਐਫ F ਤੋਂ ਭਾਵੇਂ ਇਥੇ ਫਾਰਨਹੀਟ ਹੈ ਠੀਕ ਹੈ ਇਸ ਦਾ ਸਧਾਰਨ ਮਨੁੱਖ ਦਾ ਜਿਹੜਾ ਤਾਪਮਾਨ ਹੁੰਦਾ ਹੈ ਉਹ 98.6 ਡਿਗਰੀ F ਫਾਰਨਹੀਟ ਵਿੱਚ ਅਤੇ ਜੇਕਰ ਤੁਸੀਂ ਦੇਖੋ ਸੈਲਸੀਅਸ ਵਿੱਚ ਤਾਂ ਉਹ ਹੋਵੇਗਾ 37 ਡਿਗਰੀ C 37 ਡਿਗਰੀ C 37 ਡਿਗਰੀ ਸੈਲਸੀਅਸ ਹੋਵੇਗਾ ਜਿਹੜਾ ਸਧਾਰਨ ਮਨੁੱਖ ਦਾ ਤਾਪਮਾਨ ਹੈ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਸਰੀਰ ਵਿੱਚ ਅ ਬਦਾਜਮੀ ਦਾ ਕੀ ਕਾਰਨ ਹੁੰਦਾ ਹੈ ਇਸ ਦੇ ਚਾਰ ਆਪਸ਼ਨਸ ਹਨ A ਜ਼ਰੂਰਤ ਤੋਂ ਜ਼ਿਆਦਾ ਖਾ ਲੈਣਾ B ਦੂਸ਼ਿਤ ਭੋਜਨ ਖਾਣਾ C ਪੇਟ ਵਿੱਚ ਫੋੜਾ ਹੋਣਾ ਜਾਂ ਡੀ ਉਪਰੋਕਤ ਸਾਰੇ ਇਸ ਦਾ ਸਹੀ ਉੱਤਰ ਦੱਸੋ ਇਸ ਦਾ ਸਹੀ ਉੱਤਰ ਹੈ ਉਪਰੋਕਤ ਸਾਰੇ ਮਤਲਬ ਜ਼ਰੂਰਤ ਤੋਂ ਜ਼ਿਆਦਾ ਖਾ ਲੈਣਾ ਦੁਸ਼ਟ ਭੋਜਨ ਪੇਟ ਵਿੱਚ ਫੋੜਾ ਇਸ ਚਾਰੋਂ ਜਿਹੜੇ ਆਪਸ਼ਨ ਹੈ ਉਹ ਸਹੀ ਹੈ ਤਿੰਨੋਂ ਆਪਸ਼ਨ ਜਿਹੜੇ ਸਹੀ ਹੈ ਇਸ ਲਈ ਇਸ ਦਾ ਅਨਸਰ ਹੋਵੇਗਾ ਉਪਰੋਕਤ ਦੀ ਹੁਣ ਮੈਨੂੰ ਇੱਕ ਕਮੈਂਟ ਆਇਆ ਸੀਗਾ ਉਹ ਪੁੱਛਦੇ ਸੀ ਕਿ ਜੇਕਰ ਇੱਕ ਤੋਂ ਵੱਧ ਆਪਸ਼ਨ ਸਹੀ ਹੋਣ ਤਾਂ ਆਪਾਂ ਸਾਰੇ ਟਿਕ ਕਰਨੇ ਆ ਫਰੈਂਡਸ ਜਿਹੜੇ ਪਹਿਲੀ ਵਾਰ ਐਗਜ਼ਾਮ ਦੇ ਰਹੇ ਹੈ ਮੈਂ ਤੁਹਾਨੂੰ ਦੱਸ ਦਵਾਂ ਅਜੀਹਾ ਨਹੀਂ ਹੁੰਦਾ ਜਿਵੇਂ ਇਸ ਵਿੱਚ ਇਸ ਕੁਐਸਚਨ ਵਿੱਚ ਤੁਹਾਡੇ ਸਾਹਮਣੇ ਹੈ ਕਿ ਇਹ ਤਿੰਨੋਂ ਸਹੀ ਹੈ ਪਰੰਤੂ ਤਿੰਨੋਂ ਸਹੀ ਕਿੱਥੇ ਦੱਸਿਆ ਹੋਇਆ ਚੌਥੇ ਵਿੱਚ ਕਿ ਉਪਰੋਕਤ ਸਾਰੇ ਇਸ ਲਈ ਇਸ ਦਾ ਜਿਹੜਾ ਡੀ ਆਨਸਰ ਹੈ ਉਹ ਸਹੀ ਹੋਊਗਾ ਤੇ ਆਪਾਂ ਨੇ ਡੀ ਨੂੰ ਹੀ ਜਿਹੜਾ ਉੱਥੇ ਫਿਲ ਕਰਨਾ ਹੈ ਉਹ ਐਮ ਆਰ ਸ਼ੀਟ ਤੇ ਐਡਾ ਨਹੀਂ ਹੁੰਦਾ ਕਿ ਆਪਾਂ ਨੇ ਤਿੰਨੋਂ ਫਿਲ ਕਰਨੇ ਆ ਇਹ ਜਿਹੜੇ ਪਹਿਲੀ ਵਾਰ ਪੇਪਰ ਦੇ ਰਹੇ ਆ ਉਹਨਾਂ ਲਈ ਥੋੜੀ ਜਿਹੀ ਕਨਫਿਊਜ਼ਨ ਹੈ ਬਾਕੀ ਜਿਹੜੇ ਤਾਂ ਬਾਰ-ਬਾਰ ਪੇਪਰ ਦੇ ਚੁੱਕੇ ਆ ਉਹਨਾਂ ਨੂੰ ਤਾਂ ਸਾਰਾ ਇਸ ਗੱਲ ਦਾ ਪਤਾ ਹੀ ਉਹਨਾਂ ਨੂੰ ਤਾਂ ਕੋਈ ਡਾਊਟ ਨਹੀਂ ਹੋਏਗਾ ਇਸ ਵਿੱਚ ਅਗਲਾ ਕੁਐਸਚਨ ਆਪਣਾ ਡਾਕਟਰ ਨਬਜ਼ ਦੀ ਪ੍ਰੀਖਣ ਕਿਸ ਲਈ ਕਰਦਾ ਹੈ ਇਸ ਦੇ ਚਾਰ ਆਪਸ਼ਨਸ ਹਨ ਏ ਸਾਹ ਦਾ ਪਤਾ ਕਰਨ ਲਈ ਬੀ ਦਿਲ ਦੀ ਧੜਕਣ ਪਤਾ ਕਰਨ ਲਈ ਸੀ ਬਲੱਡ ਪ੍ਰੈਸ਼ਰ ਪਤਾ ਕਰਨ ਦੇ ਲਈ ਜਾਂ ਡੀ ਤਾਪਮਨ ਪਤਾ ਕਰਨ ਦੇ ਲਈ ਇਸ ਦਾ ਸਹੀ ਉੱਤਰ ਆਪਣੇ ਕੋਲ ਜਿਹੜਾ ਬੀ ਦਿਲ ਦੀ ਧੜਕਣ ਪਤਾ ਕਰਨ ਦੇ ਲਈ ਡਾਕਟਰ ਜਿਹੜਾ ਉਹ ਨਵਜਦੀ ਪ੍ਰੀਖਣ ਕਰਦਾ ਹੈ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਆ ਜਾਂਦਾ ਹੈ ਕਰੋਨਾ ਕਾਰਨ ਕਿਹੜੇ ਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ ਕਿ ਆਪਾਂ ਨੇ ਇਸ ਤੇ ਚਾਰ ਆਪਸ਼ਨ ਹੈ ਚਾਰ ਆਪਸ਼ਨਾਂ ਵਿੱਚੋਂ ਉਹ ਦੇਸ਼ ਦੱਸਣਾ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਇਹਨਾਂ ਵਿੱਚੋਂ ਆਪਣੇ ਜਿਹੇ ਕੁਐਸਚਨ ਵਿੱਚ ਆਪਸ਼ਨ ਦੇ ਨਾਲ ਹੀ ਜਾਣਾ ਹੁੰਦਾ ਐਦਾਂ ਨਹੀਂ ਹੈ ਕਿ ਆਪਸ਼ਨ ਤੋਂ ਬਿਨਾ ਵੀ ਕੋਈ ਹੋਵੇ ਜਿਵੇਂ ਕੋਈ ਦੇਸ਼ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਉਹ ਨਹੀਂ ਆਪਨੇ ਦੇਖਣਾ ਸਿਰਫ ਆਪਣੇ ਆਪਸ਼ਨ ਦੇਖਣੇ ਆ ਚਾਰੇ ਆਪਸ਼ਨਾਂ ਵਿੱਚੋਂ ਕਿਹੜਾ ਹੈ ਇਹਨਾਂ ਵਿੱਚ ਜਿਵੇਂ ਮਿਸਰ ਹੈ ਜਾਪਾਨ ਹੈ ਅਮਰੀਕਾ ਨਿਊਜ਼ੀਲੈਂਡ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਸ ਵਿੱਚ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਸੀ ਬਾਕੀ ਦੇਸ਼ਾਂ ਤੇ ਐਨਾ ਜਿਹੜਾ ਕੋਰੋਨਾ ਦਾ ਪ੍ਰਭਾਵ ਨਹੀਂ ਸੀ ਇਸ ਲਈ ਅਮਰੀਕਾ ਆਪਣਾ ਸਹੀ ਉੱਤਰ ਹੋਵੇਗਾ ਅਗਲਾ ਕੁਐਸਚਨ ਹੈ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਕਿੱਥੇ ਮਿਲਿਆ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਤੁਹਾਨੂੰ ਪਤਾ ਹੀ ਹੈ ਕਿ ਚਾਈਨਾ ਵਿੱਚ ਮ ਵੀ ਇਹਨਾਂ ਚੋਂ ਆਪਣਨੇ ਕਿਹੜੇ ਚ ਮਿਲਿਆ ਬੀਜਿੰਗ ਵੁਹਾਨ ਸੰਗਾਈ ਤੇ ਟਾਕਾ ਇਸ ਦਾ ਸਹੀ ਉੱਤਰ ਹੈ ਵੁਹਾਨ ਸ਼ਹਿਰ ਵਿੱਚ ਜਿਹੜੇ ਪਹਿਲੇ ਅਮੀਰੀ ਸੀਗੇ ਉਹ ਚਾਇਨਾ ਚ ਮਿਲੇ ਸੀਗੇ ਠੀਕ ਹੈ ਹੁਣ ਤੁਸੀਂ ਦੇਖ ਲਿਆ ਆਪਣੇ ਇਹ ਸਾਰੇ ਕੁਐਸਚਨ ਕਰ ਲਏ ਹੁਣ ਇਸ ਤੋਂ ਬਾਅਦ ਅਸੀਂ ਲਗਾਤਾਰ ਜਿਹੜੇ ਇਹ ਐਮਸੀਕਿਊ ਸੀਰੀਜ਼ ਤੁਹਾਡੇ ਲਈ ਮੋਕ ਟੈਸਟ ਸੀਰੀਜ਼ ਲੈ ਕੇ ਆਉਂਦੇ ਰਹਾਂਗੇ ਕਿਉਂਕਿ ਦਿਨ ਬਹੁਤ ਘੱਟ ਰਹੇ ਹਨ ਇਸ ਲਈ ਜੋ-ਜੋ ਪਹਿਲਾਂ ਹੀ ਚੈਨਲ ਜੁੜੇ ਹਨ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਅਸੀਂ ਲਗਾਤਾਰ ਤੁਹਾਡੀ ਤਿਆਰੀ ਕਰਵਾ ਰਹੇ ਹਾਂ ਅਤੇ ਜੋ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਸਨ ਉਹ ਚੈਨਲ ਨੂੰ ਹੁਣ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਆਉਣ ਵਾਲੀ ਕਿਸੇ ਵੀ ਵੀਡੀਓ ਤੋਂ ਤੁਸੀਂ ਵਾਂਝੇ ਨਾ ਰਹੇ ਜਿਉ ਹੁਣ ਤੁਹਾਡੀ ਲਗਾਤਾਰ ਤਿਆਰੀ ਕਰਵਾਉਂਦੇ ਰਹਾਂਗੇ ਤਾਂ ਕਿ ਤੁਹਾਡਾ ਵਾਟੈਂਡਰ ਦਾ ਇਗਜ਼ਾਮ ਦੀ ਜਿਹੜੀ ਚੰਗੀ ਤਰ੍ਹਾਂ ਤਿਆਰੀ ਹੋ ਸਕੇ ਇਸ ਤੋਂ ਇਲਾਵਾ ਜੇਕਰ ਤੁਸੀਂ ਸੈਲਫ ਸਟੱਡੀ ਕਰ ਰਹੇ ਹੋ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਲੈਵਲ ਤੇ ਜਿੰਨਾ ਤੁਸੀਂ ਪੜੋਗੇ ਉਹ ਤੁਹਾਡਾ ਸਭ ਤੋਂ ਵਧੀਆ ਤੁਹਾ ਅਤੇ ਜੋ ਜੋ ਜਿੰਨਾ ਤੁਸੀਂ ਹੁਣ ਮੈਂ ਇਕ ਇੱਕ ਗੱਲ ਖਾਂਗਾ ਜਿੰਨਾ ਵੀ ਤੁਸੀਂ ਹੁਣ ਤੱਕ ਪੜਿਆ ਹੋਇਆ ਉਹ ਸਾਰਿਆਂ ਨੂੰ ਇੱਕ ਵਾਰ ਰਿਵਾਈਜ਼ ਜ਼ਰੂਰ ਕਰ ਲਿਓ ਕਿਉਂਕਿ ਕਈ ਵਾਰੀ ਤੁਸੀਂ ਜੋ ਜੋ ਪੜਿਆ ਹੁੰਦਾ ਪੜਤਾ ਤੁਸੀਂ ਬਹੁਤ ਕੁਝ ਲੰਦੇ ਹੋ ਪਰੰਤੂ ਰਿਵਾਈਜ਼ ਕਰਨਾ ਰਹਿ ਜਾਂਦਾ ਹੈ ਜੋ ਜੋ ਤੁਸੀਂ ਰਿਵਾਈਜ਼ ਨਹੀਂ ਕਰੋਗੇ ਤਾਂ ਉਹ ਤੁਹਾਡੇ ਦਿਮਾਗ ਤੋਂ ਸਕਿਪ ਕਰ ਜਾਏਗਾ ਪੇਪਰ ਦੇ ਮੌਕੇ ਹੁਣ ਉਸ ਨੂੰ ਰਿਵਾਈਜ਼ ਕਰਨ ਦਾ ਵੇਲਾ ਆ ਗਿਆ ਇਸ ਕਰਕੇ ਸਾਰਾ ਸਿਲੇਬਸ ਆਪਣਾ ਰਿਵਾਈਜ਼ ਜ਼ਰੂਰ ਕਰ ਲਿਓ ਜਿੱਥੋਂ ਵੀ ਜਿੰਨੇ ਵੀ ਜਿੰਨੀ ਵੀ ਸਮੱਗਰੀ ਤੁਸੀਂ ਪੜ੍ਹੀ ਹੈ ਅਤੇ ਆਪਣੇ ਪੇਪਰ ਦੀ ਜਿਹੜੀ ਤਿਆਰੀ ਲਗਾਤਾਰ ਕਰਦੇ ਰਹੋ ਕਿਉਂਕਿ ਬਹੁਤ ਦਿਨ ਦਿਨ ਥੋੜੇ ਰਹਿ ਗਏ ਹਨ ਅਤੇ ਆਪਣੇ ਇਗਜ਼ਾਮ ਦੀ ਤਿਆਰੀ ਵਿਚ ਇੰਨੀ ਵਧੀਆ ਤਰੀਕੇ ਨਾਲ ਆਪਣੀ ਜਾਨ ਝੋਕ ਦੋ ਕਿ ਤੁਹਾਡਾ ਇਗਜ਼ਾਮ ਜਿਹੜਾ ਉਹ ਕਲੀਅਰ ਹੀ ਹੋਵੇ ਚਲੋ ਹੁਣ ਅੱਜ ਦੀ ਵੀਡੀਓ ਖਤਮ ਕਰਦੇ ਆ ਹੁਣ ਜੋ ਜੋ ਤੁਹਾਡੇ ਸਕਰੀਨ ਉੱਤੇ ਪਲੇਲਿਸਟਾਂ ਸ਼ੋ ਹੋ ਰਹੀਆਂ ਨੇ ਉਹ ਇੱਕ ਵਾਰ ਜ਼ਰੂਰ ਧਿਆਨ ਨਾਲ ਦੇਖ ਲਿਓ ਕਿਉਂਕਿ ਸਾਰੀਆਂ ਪਲੇਲਿਸਟਾਂ ਤੁਹਾਡੇ ਵਾਰਟੈਂਡਰ ਦੇ ਇਗਜ਼ਾਮ ਦੀ ਤਿਆਰੀ ਲਈ ਬਹੁਤ ਇੰਪੋਰਟੈਂਟ ਨੇ ਹਰੇਕ ਪਲੇਲਿਸਟ ਵਿੱਚ 10-10 ਵੀਡੀਓ ਹੋਣਗੀਆਂ ਤੁਹਾਡੇ ਇਗਜ਼ਾਮ ਦੇ ਹਿਸਾਬ ਨਾਲ ਹੀ ਸਾਰੀਆਂ ਦੇਖ ਕੇ ਬਣਾਏ ਗਏ ਨੇ ਇਹਨਾਂ ਵਿੱਚੋਂ ਹੀ ਕੁਐਸਚਨ ਜਿਹੜੇ ਤੁਹਾਨੂੰ ਐਕਸਪੈਕਟਿਡ ਆ ਸਕਦੇ ਨੇ ਇਹ ਵੀਡੀਓ ਚੰਗੀ ਤਰ੍ਹਾਂ ਧਿਆਨ ਨਾਲ ਦੇਖ ਲਿਓ ਸਾਰੀ ਤੇ ਆਪਣੇ ਇਗਜ਼ਾਮ ਦੀ